ਇਹੀ ਕਿਉਂ ਪਸੰਦ ਹੈ ਕਿਰਤਾਰ? ਦੱਸਾਂ, ਇਹਦੇ 'ਚ ਸਾਨੂੰ ਬੈਸਟ ਵਧੀਆ ਲੱਗਾ, ਮਤਲਬ ਮਜ਼ਬੂਤੀ ਪੱਖ ਤੋਂ ਇੱਕ ਜਿਹੜਾ ਹਿੱਸੇ ਦੇ ਤੌਰ 'ਤੇ ਹਿੱਸਾ ਇਹਦਾ ਕਰਾਰੋ ਦਾ ਰਿਹਾ। ਹਾਂਜੀ, ਕਰਾਰੋ ਦਾ ਹਿੱਸਾ ਇੰਜਣ ਕਲੋਸਕਰ ਦਾ ਰਿਹਾ। ਕਲੋਸਕਰ ਸਾਡਾ ਮਾਝੇ ਦਾ ਏਰੀਆ ਜਿਹੜਾ ਪਹਿਲਾਂ ਤੋਂ ਮਤਲਬ ਸਵਰਾਜ ਟਰੈਕਟਰ ਦੇ ਵਿੱਚ ਆਉਂਦਾ ਸੀਗਾ, ਉਹਨੂੰ ਹੀ ਜ਼ਿਆਦਾਤਰ ਲੋਕ ਪਸੰਦ ਕਰਦੇ, ਸਾਡੇ ਡਿਮਾਂਡ ਵੀ ਬਹੁਤ ਜ਼ਿਆਦਾ ਸੀ। ਪਰ ਇਸ ਟਰੈਕਟਰ ਨੇ ਆ ਕੇ ਉਸ ਟਰੈਕਟਰ ਨੂੰ ਕੁਛ ਹੱਦ ਤੱਕ ਠੱਲ ਪਾਤੀ। ਕੋਈ ਇਹਦੇ 'ਚ ਦਿੱਕਤ ਨਹੀਂ ਸਾਨੂੰ ਕਿਸੇ ਰਕਮ ਦੀ? ਕੰਪਨੀ ਨੇ ਨਾ ਸੁਣੀ ਹੋਵੇ ਮੇਰੀ? ਨਾ ਜੀ, ਨਾ ਇਹੋ ਜਿਹੀ ਕੋਈ ਗੱਲ ਨਹੀਂ, ਕੰਪਨੀ ਆਪਣੀ ਬਹੁਤ ਸਪੋਰਟ ਕਰ ਰਹੀ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਬਾਕੀ ਉਹਨਾਂ ਦਾ ਯਾਨੀ ਕਿ ਮਤਲਬ ਫੋਨ ਤੁਸੀਂ ਰਾਤ ਨੂੰ ਕਰੋਗੇ ਤਾਂ ਰਾਤ ਨੂੰ ਵੀ ਉਠਾਉਂਦੇ ਆ, ਇਹੋ ਜਿਹੀ ਕੋਈ ਦਿੱਕਤ ਨਹੀਂ। ਕੋਈ ਗੇਅਰ ਗੂਰ 'ਚ? ਨਾ ਜੀ, ਨਾ ਕੋਈ ਆਵਾਜ਼ ਨਹੀਂ, ਬਿਲਕੁਲ ਸਾਈਲੈਂਟ ਟਰੈਕਟਰ ਆ, ਬਹੁਤ ਵਧੀਆ ਚੱਲਦਾ ਟਰੈਕਟਰ ਆ, ਇਹੋ ਜਿਹੀ ਕੋਈ ਦਿੱਕਤ ਨਹੀਂ। ਇਹਦੀ ਸਰਵਿਸ ਸੁਰਵਿਸ ਆਪਾਂ ਦੇਖੀ ਦੂਏ ਟਰੈਕਟਰ ਨਾਲੋਂ ਕੋਈ ਜ਼ਿਆਦਾ ਮਹਿੰਗੀ ਤਾਂ ਨਹੀਂ ਹੋਣੀ? ਮੁੜੇ ਕਰਾਰੋ ਹੀ ਟਰੈਕਟਰ ਚਲਾਇਆ? ਬਿਲਕੁਲ ਜੀ। ਲਿਫਟ ਲੁਫਟ? ਬਿਲਕੁਲ ਜੀ, ਕੋਈ ਕਿਸੇ ਰਕਮ ਦਾ ਕੋਈ, ਬਿਲਕੁਲ ਸ਼ਾਂਤ ਆ। ਕਈ ਵਾਰ ਕੀ ਹੁੰਦੇ ਨੇ ਟਰੈਕਟਰ ਨੇ ਲਿਫਟਾਂ ਦੇ ਕੰਮ ਕਰਾਤੇ ਆ ਕੇ ਟਰੈਕਟਰ ਕਰਵਾ ਦਿੱਤੇ। ਬਾਕੀ ਕਈ ਵਾਰ ਕੀ ਹੁੰਦੇ ਨੇ, ਆਮ ਟਰੈਕਟਰ ਜਿਹੜੇ ਚੱਲਦੇ ਪਏ ਨੇ ਉਹ ਜਦੋਂ ਆਪਾਂ ਲਿਫਟ ਚੱਕਦੇ ਆ ਟਰੈਕਟਰ ਲੋਡ ਮੰਨਦਾ, ਇਹ ਟਰੈਕਟਰ ਲੋਡ ਨਹੀਂ ਮੰਨਦਾ। ਬਿਲਕੁਲ ਨਾ ਬੋਲੀ ਜਾਏ, ਬਿਲਕੁਲ ਸਰ, ਮੈਂ ਕਹਿੰਦਾ ਸਰ ਇਹੋ ਜਿਹੀ ਕੋਈ ਗੱਲ ਨਹੀਂ, ਤੁਹਾਨੂੰ ਯਕੀਨ ਦਿਵਾਉਣ ਵਾਸਤੇ ਆਪਾਂ ਖੇਤ ਲੈ ਚੱਲਦੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ, ਡੈਮੋ ਲਵਾਵਾਂਗੇ, ਇਹੋ ਜਿਹੀ ਕੋਈ ਦਿੱਕਤ ਨਹੀਂ। ਭਾਰਤ ਦੀ ਕੰਬਾਈਨ ਇੰਡਸਟਰੀ 'ਚ ਬਹੁਤ ਵੱਡਾ ਨਾਮ ਹੈ ਜੀ ਕਰਤਾਰ ਕੰਬਾਈਨ ਦਾ। ਕਰਤਾਰ ਕੰਬਾਈਨ ਹੁਣ ਕੰਬਾਈਨਾਂ ਦੇ ਨਾਲ ਨਾਲ ਇਹਨੇ ਆਪਣੇ ਟਰੈਕਟਰ ਵੀ ਆ ਜਿਹੜੇ ਮਾਰਕੀਟ ਦੇ ਵਿੱਚ ਉਤਾਰੇ ਨੇ, ਅਤੇ ਅੱਜ ਤਰਨ ਤਰਨ ਪਹੁੰਚੇ ਹਾਂ ਜੀ, ਤਰਨ ਤਾਰਨ ਪੱਟੀ ਮੋੜ, ਅਤੇ ਅੱਜ ਤੁਸੀਂ ਮਗਰਲੇ ਪਾਸੇ ਮੇਰੇ ਟਰੈਕਟਰ ਖੜ੍ਹੇ ਦੇਖ ਰਹੇ ਹੋਵੋਗੇ, ਕਰਤਾਰ ਟਰੈਕਟਰ। ਅੱਜ 10 ਤੋਂ 12 ਟਰੈਕਟਰਾਂ ਦੀ ਡਿਲੀਵਰੀ ਹੈ, ਅਤੇ ਡਿਲੀਵਰੀ ਮੌਕੇ ਪਹੁੰਚੇ ਹਾਂ ਜੀ। ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਟਰੈਕਟਰ ਦਾ ਰਿਵਿਊ ਦੇਵਾਂਗੇ, ਟਰੈਕਟਰ ਦੀ ਪੂਰੀ ਜਾਣਕਾਰੀ, ਟਰੈਕਟਰ ਕਿੰਨੇ ਹੋਰਸ ਪਾਵਰ ਦਾ, ਕਿੰਨੇ ਹੋਰਸ ਪਾਵਰ ਤੋਂ ਲੈ ਕੇ ਕਿੰਨੇ ਹੋਰਸ ਪਾਵਰ ਤੱਕ ਕਰਤਾਰ ਕੰਪਨੀ ਜਿਹੜੀ ਉਹ ਆਪਾਂ ਨੂੰ ਟਰੈਕਟਰ ਪ੍ਰੋਵਾਈਡ ਕਰੂਗੀ, ਕੀ ਫੈਸਿਲਿਟੀ ਦੇ ਰਹੀ ਹੈ ਆਪਾਂ ਨੂੰ, ਅਤੇ ਇਸ ਤੋਂ ਇਲਾਵਾ ਕਸਟਮਰ ਰਿਵਿਊ ਦੇਵਾਂਗੇ ਆਪਾਂ ਤੁਹਾਨੂੰ ਵੀ ਕਸਟਮਰ ਫੀਡਬੈਕ ਕਿੱਦਾਂ ਦਾ, ਸਾਰਾ ਤੁਸੀਂ ਬਲੌਗ ਲਾਸਟ ਤੱਕ ਦੇਖਿਓ। ਸਾਡੇ ਨਾਲ ਕਰਤਾਰ ਕੰਪਨੀ 'ਚੋਂ ਬਾਈ ਨਿਰਭੈ ਜੀ ਸਾਡੇ ਨਾਲ ਨੇ, ਸੋ ਟਰੈਕਟਰ ਦੀ ਪੂਰੀ ਜਾਣਕਾਰੀ ਦੇਣਗੇ, ਟਰੈਕਟਰ ਕਿੰਨੀ ਹੋਰਸ ਪਾਵਰ ਦਾ ਅਤੇ ਕੀ ਇਹਦੇ ਫੀਚਰ ਨੇ, ਅਤੇ ਸਾਰੀ ਗੱਲਬਾਤ ਕਰਾਉਂਦੇ ਹਾਂ ਜੋ ਕਿ ਪੂਰੀ ਪੰਜਾਬ ਲੈਵਲ 'ਤੇ ਸੇਲ ਟੀਮ ਨੂੰ ਦੇਖਦੇ ਨੇ, ਅਤੇ ਬਾਕੀ ਆ ਜਾਓ ਜੀ ਵੀਡੀਓ ਕਰਦੇ ਹਾਂ ਸਰ। ਹਾਂਜੀ, ਸਭ ਤੋਂ ਪਹਿਲਾਂ ਆਏ ਹੋਏ ਮੀਡੀਆ ਤੋਂ ਮੇਰੇ ਵੀਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ। ਮੇਰਾ ਨਾਮ ਨਿਰਭੈ ਸਿੰਘ ਆ, ਅੱਜ ਅਸੀਂ ਪੱਟੀ ਡੀਲਰਸ਼ਿਪ 'ਤੇ ਖੜ੍ਹੇ ਹਾਂ ਜੀ, ਬਾਬਾ ਚਰਨਦਾਸ ਆਟੋਮੋਬਾਈਲ 'ਤੇ। ਅੱਜ ਮੈਗਾ ਡਿਲੀਵਰੀ ਫੰਕਸ਼ਨ ਕਰਨ ਲੱਗੇ ਹਾਂ ਜੀ, 10 ਟਰੈਕਟਰ ਡਿਲੀਵਰ ਇੱਥੋਂ ਕਰਨ ਲੱਗੇ ਹਾਂ, 69 ਫੋਰ ਵੀਲ ਡਰਾਈਵ ਦੇ ਵਿੱਚ 10 ਟਰੈਕਟਰ ਅਸੀਂ ਇੱਥੋਂ ਡਿਲੀਵਰ ਕਰਨ ਲੱਗੇ ਹਾਂ ਜੀ। ਤੋ ਜੇ ਮੈਂ ਗੱਲ ਕਰਾਂ ਟਰੈਕਟਰ ਬਾਰੇ, ਤਾਂ ਜਿਹੜਾ ਸਾਡਾ 69 ਗਲੋਬ ਟਰੈਕ ਫੋਰ ਵੀਲ ਡਰਾਈਵ ਟਰੈਕਟਰ ਆ ਜੀ, 4460 ਸੀਸੀ ਕਰਲੋਸਕਰ ਇੰਜਨ ਦੇ ਨਾਲ ਆ ਰਿਹਾ ਇਹ। ਇਹਦਾ ਜਿਹੜਾ ਫਰੰਟ ਐਕਸਲ ਹੈਗਾ ਕਰਾਰੋ ਦਾ ਹੈਗਾ ਜੀ, ਅਤੇ ਬੈਕ ਐਂਡ ਵੀ ਕਰਾਰੋ ਆ, ਇੰਜਣ ਆ ਜਿਹੜਾ ਕਰਲੋਸਕਰ ਦਾ ਜੀ, ਅਤੇ ਫਰੰਟ ਜਿਹੜੇ ਵੇਟ ਹੈਗੇ ਆ ਇਹ ਕੰਪਨੀ ਵੱਲੋਂ ਅਸੀਂ ਨਾਲ ਦੇ ਰਹੇ ਹਾਂ। ਰੇਡੀਏਟਰ ਜਿੱਦਾਂ ਗੱਲ ਕਰੀਏ ਤਾਂ ਕੋਪਰ ਦਾ ਰੇਡੀਏਟਰ ਦੇ ਰਹੇ ਹਾਂ, ਜਦਕਿ ਬਾਕੀ ਕੰਪਨੀਆਂ ਸਭ ਅਲਮੋਨੀਅਮ ਦਾ ਦੇ ਰਹੀਆਂ। ਅਤੇ ਜੇ ਟਾਇਰਾਂ ਦੀ ਗੱਲ ਕਰੀਏ, MRF ਸ਼ਕਤੀ ਲਾਈਫ ਪਲੱਸ ਅਸੀਂ ਟਾਇਰ ਦੇ ਰਹੇ ਹਾਂ। ਲੈਫਟ ਪੰਪ ਦੀ ਗੱਲ ਕਰੀਏ ਤਾਂ ਜੇ ਟਰੈਕਟਰ ਸੈਗਮੈਂਟ ਦੇ ਵਿੱਚ ਕਿਸੇ ਵੀ ਕੰਪਨੀ ਨੇ ਇਹੋ ਜਿਹਾ ਲੈਫਟ ਪੰਪ ਨਹੀਂ ਦਿੱਤਾ। 38 LPM ਦਾ ਪੰਪ ਜਿਹੜਾ ਸਾਡਾ ਕੰਪਨੀ ਤੋਂ ਫਿੱਟ ਆ ਰਿਹਾ ਜੀ, ਸਾਈਡ ਸਪੋਰਟ ਦੇ ਨਾਲ ਪੂਰੀ ਹੈਵੀ ਡਿਊਟੀ ਸਾਈਡ ਸਪੋਰਟ ਦਿੱਤੀ ਹੈਗੀ ਆ। ਦੂਜੇ ਨੰਬਰ 'ਤੇ ਸਰਵਿਸ ਦੀ ਗੱਲ ਕਰਦੇ ਹਾਂ ਤਾਂ 500 ਘੰਟੇ 'ਤੇ ਸਾਡੀ ਸਰਵਿਸ ਆ, ਬਾਕੀ ਜਦਕਿ ਸਾਰੇ ਜਿਹੜੇ ਹੈਗੇ 250 ਘੰਟੇ 'ਤੇ ਸਰਵਿਸ ਹੈਗੀ ਆ ਬਾਕੀ ਟਰੈਕਟਰਾਂ ਦੀ, ਅਤੇ ਸਾਡੀ ਜਿਹੜੀ ਡਬਲ ਟਾਈਮ ਚੱਲਦੀ ਹੈ ਸਰਵਿਸ 500 ਘੰਟੇ 'ਤੇ ਆ। ਉਸ ਤੋਂ ਅੱਗੇ ਗੱਲ ਕਰਨ ਦਾ ਸੇਫਟੀ ਸਵਿੱਚ ਆਉਂਦਾ ਜੀ ਆਪਣਾ, ਜੋ ਕਿ ਜਦੋਂ ਟਰੈਕਟਰ ਆਪਾਂ ਕੰਮ ਕਰਨ ਤੋਂ ਬਾਅਦ ਫ੍ਰੀ ਖੜ੍ਹਦਾ ਤਾਂ ਆਪਾਂ ਇਹਨੂੰ ਕੱਟ ਕਰ ਸਕਦੇ ਹਾਂ, ਜਿਹੜੀ ਆਪਣੀ ਵਾਇਰਿੰਗ ਹੈਗੀ ਆ ਉਹ ਬੈਟਰੀ ਤੋਂ ਕੱਟ ਹੋ ਜਾਂਦੀ ਆ, ਜਿਹੜਾ ਕਟਆਊਟ ਵਗੈਰਾ ਕਈ ਵਾਰ ਬੈਟਰੀ ਡਿਸਚਾਰਜ ਕਰ ਦਿੰਦਾ ਉਹ ਹੁਣ ਤੋਂ ਚੀਜ਼ ਬਚੀ ਰਹਿੰਦੀ ਆ। ਦੂਸਰੀ ਗੱਲ ਆਪਾਂ ਕਰੀਏ ਤਾਂ ਫੋਟਰੈਸਟ ਸਾਡੇ ਦੋਨੀ ਪਾਸੇ ਲੱਗੇ ਆ, ਜੋ ਕਿ ਈਜ਼ੀ ਆ, ਕਿਸੇ ਸਾਈਡ ਤੋਂ ਵੀ ਬੰਦਾ ਸਾਡੇ ਟਰੈਕਟਰ 'ਤੇ ਚੜ੍ਹਦਾ ਅਤੇ ਸੌਖ ਰਹਿੰਦੀ ਆ।
ਗੇਅਰ ਦੀ ਗੱਲ ਕਰੀਏ, ਹਾਈ ਲੋ ਮੀਡੀਅਮ ਦੇ ਵਿੱਚ 12+12 ਫਾਰਵਰਡ ਅਤੇ 12 ਰਿਵਰਸ ਸਪੀਡਾਂ ਆ ਰਹੀਆਂ। ਪਿਛਲੇ ਟਾਇਰ ਜਿਹੜੇ ਹੈਗੇ ਜੀ 16-28 'ਚ ਆ ਰਹੇ ਸਾਡੇ, ਵੇਟ 36-36 ਕਿਲੋ ਦੇ ਵੇਟ ਆ ਜਿਹੜੇ ਕੰਪਨੀ ਤੋਂ ਲੱਗ ਕੇ ਨਾਲ ਹੀ ਆ ਰਹੇ ਆ। ਕਨੋਪੀ ਵਗੈਰਾ ਜੋ ਵੀ ਅਸੈਸਰੀ ਅਸੀਂ ਕੰਪਨੀ ਤੋਂ ਫਿਟਡ ਦੇ ਰਹੇ ਹਾਂ, ਕਸਟਮਰ ਨੂੰ ਜਾ ਕੇ ਇੱਕ ਵੀ ਰੁਪਈਆ ਦੁਬਾਰਾ ਲਾਉਣ ਦੀ ਲੋੜ ਨਹੀਂ ਹੈਗੀ। ਤੋ ਜੇ ਪਿੱਛੇ ਵੱਲੋਂ ਗੱਲ ਕਰੀਏ ਲੈਂਕਾਂ ਵਗੈਰਾ ਦੀ, ਐਕਸਟਰਾ ਹੈਵੀ ਡਿਊਟੀ ਲੈਂਕਜ ਹੈਗੀਆਂ ਸਾਡੀਆਂ, ਜਿੰਨੀ ਮੋਟਾਈ ਲਿੰਕ ਦੀ ਹੈਗੀ ਉੰਨੀ ਹੀ ਸਪੋਰਟ ਅਸੀਂ ਥੱਲੇ ਦਿੱਤੀ ਹੋਈ ਆ, ਜੋ ਕਿ ਹੈਵੀ ਇੰਪਲੀਮੈਂਟ ਚੱਕਣ ਵਾਸਤੇ ਕਦੇ ਵੀ ਜਿਹੜੀ ਲਿੰਕ ਬੈਂਡ ਨਹੀਂ ਹੁੰਦੀ। ਜੇ ਡਿਸਟ੍ਰੀਬਿਊਟਰ ਦੀ ਗੱਲ ਕਰੀਏ ਤਾਂ ਜਿਹੜਾ ਡਬਲ ਡਿਸਟ੍ਰੀਬਿਊਟਰ ਆ ਸਾਡਾ ਜੀ, ਪੀ ਟੀ ਓ ਦੀ ਗੱਲ ਕਰਦੇ ਹਾਂ, 540 ਅਤੇ 540 ਇਕੋਨਮੀ ਡਬਲ ਪੀ ਟੀ ਓ ਦੇ ਵਿੱਚ ਆ ਰਿਹਾ, ਡਬਲ ਡਿਸਟ੍ਰੀਬਿਊਟਰ ਡਬਲ ਪੀ ਟੀ ਓ ਆ ਰਿਹਾ, ਐਕਸਟਰਾ ਹੈਵੀ ਡਿਊਟੀ ਹੁੱਕ ਆ ਰਹੀ ਹੈ ਜੀ। ਇਸ ਪਾਸੇ ਜਿਹੜਾ ਕਲੱਚ ਹੈਗਾ ਪੀ ਟੀ ਓ ਦਾ, ਇੰਡੀਪੈਂਡੈਂਟ ਕਲੱਚ ਆ ਜੀ, ਸਿੰਗਲ ਕਲੱਚ ਇਹ ਤੋਂ ਕੰਮ ਕਰੂਗਾ, ਪੀ ਟੀ ਓ ਦਾ ਜਿਹੜਾ ਉਹ ਐਕਸਟਰਾ ਹੈਗਾ ਜੀ। ਦੂਸਰੀ ਗੱਲ ਮਾਈਕੋ ਪੰਪ ਬੋਸ਼ ਦੇ ਵਿੱਚ ਆ ਰਿਹਾ, 4160 cc ਦਾ ਇੰਜਨ ਆ ਜੀ। ਸਰ ਪੀ ਟੀ ਓ ਐਚ ਪੀ ਕਿੰਨੀ ਹੈ ਜੀ ਇਹਦੇ ਵਿੱਚ? 52+ ਆ ਜੀ। 52 ਜੀ। ਅਤੇ ਜਿਹੜੀ ਪੀ ਟੀ ਓ ਰਿਵਰਸ ਪੀ ਟੀ ਓ ਵੀ ਹੈ? ਰਿਵਰਸ ਗਰਾਊਂਡ ਪੀ ਟੀ ਓ ਆ ਜੀ, ਰਿਵਰਸ ਨਹੀਂ ਹੈ, ਮਤਲਬ ਟ੍ਰੈਕਟਰ ਨਾਲ ਚੱਲ ਕੇ ਜਿਹੜਾ ਗਰਾਊਂਡ ਪੀ ਟੀ ਓ ਅਤੇ ਡਬਲ ਪੀ ਟੀ ਓ ਆ, ਦੋ ਆਪਸ਼ਨ ਹੈਗੀਆਂ। ਜਿਵੇਂ ਗੇਅਰਾਂ 'ਚ ਕਹਿ ਦਿੰਦੇ ਆ, ਗੇਅਰਾਂ 'ਚ ਇੱਕ ਤਾਂ ਟ੍ਰੈਕਟਰ ਜਿਹੜਾ ਖੜ ਕੇ ਬੈਕ ਕਰਦਾ ਹੈਗਾ, ਇਹ ਟ੍ਰੈਕਟਰ ਨਾਲ ਤੁਰ ਕੇ ਬੈਕ ਕਰੂ, ਇਹ ਗਰਾਊਂਡ ਪੀ ਟੀ ਓ ਆ ਜੀ। ਹਾਂਜੀ, ਡਬਲ ਪੀ ਟੀ ਓ ਅਤੇ ਗਰਾਊਂਡ ਪੀ ਟੀ ਓ। ਲਿਫਟ ਕੈਪੈਸਿਟੀ ਇਹਦੀ 22 ਕੁਇੰਟਲ ਲਿਫਟ ਕਪੈਸਿਟੀ ਹੈ ਜੀ। ਸਾਰੀ ਅਸੈਸਰੀ ਲਾ ਕੇ ਦਊਂਗੇ? ਸਾਰੀ ਅਸੈਸਰੀ ਲਾ ਕੇ ਮਿਲੂਗਾ ਜੀ, ਜਿੱਦਾਂ ਟ੍ਰੈਕਟਰ ਤੋਂ ਅਸੀਂ ਤੁਹਾਨੂੰ ਫੋਟੋ ਹੀ ਦਿਖਾ ਰਹੇ ਹਾਂ, ਸੇਮ ਇੱਦਾਂ ਹੀ ਸਾਡਾ ਕੰਪਨੀ ਫਿਲਟਰ ਸਭ ਕੁਝ ਆਉਂਦਾ ਜੀ। ਟ੍ਰੈਕਟਰ ਦੀ ਤੁਸੀਂ ਗਰੰਟੀ ਵਾਰੰਟੀ ਕਿੰਨੇ ਟਾਈਮ? 2 ਸਾਲ ਜਾਂ 2000 ਘੰਟੇ। ਠੀਕ ਹੈ, ਬਾਕੀ ਸਾਡੀ ਕੰਪਨੀ ਵਾਰੰਟੀ ਤੋਂ ਕਦੇ ਨਹੀਂ ਪਿੱਛੇ ਹਟਦੀ, ਸਾਡਾ ਜਿਹੜੇ ਵਧੀਆ ਕਸਟਮਰ ਆ, ਮਤਲਬ ਗੁੱਡਵੈਲ 'ਤੇ ਵੀ ਉਦੋਂ ਬਾਅਦ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਹੈਗੇ ਹਾਂ ਜੀ। ਜਿੱਦਾਂ ਬੈਟਰੀ ਹੋ ਗਈ, ਸੈਲਫ ਆਲਟਰਨੇਟਰ ਹੋ ਗਿਆ, ਉਹਦੀ 1 ਸਾਲ ਦੀ ਆ, ਬਾਕੀ ਦੋ ਮਤਲਬ ਪੂਰੇ ਟ੍ਰੈਕਟਰ ਦੀ ਜਿਹੜੀ 2 ਸਾਲ ਦੀ ਹੈ। ਬਿਲਕੁਲ ਜੀ, ਅੱਜ ਕੱਲ੍ਹ ਇੱਕ ਤਾਂ ਟ੍ਰੈਂਡ ਕਹਿ ਲਓ ਜੀ, ਦੂਸਰਾ ਜਿਵੇਂ ਹੈਵੀ ਮਸ਼ੀਨਰੀ ਆ ਗਈ ਸਾਰੀ, ਉਹਦੇ ਵਾਸਤੇ 4-wheel ਡਰਾਈਵ ਦੀ ਹੁਣ ਲੋੜ ਹੈਗੀ ਆ ਜੀ, ਅਤੇ ਉਸ ਤਰੀਕੇ ਨਾਲ ਸਾਡਾ ਟ੍ਰੈਕਟਰ ਮਤਲਬ ਕਸਟਮਰ ਦੀ ਜਿਹੜੀ ਡਿਮਾਂਡ ਆ ਉਹ 'ਤੇ ਪੂਰਾ ਖਰਾ ਉਤਰਦਾ। ਸਾਡਾ ਟ੍ਰੈਕਟਰ ਜੋ ਕੰਪਨੀ ਫਿਲਟਰ ਅਸੈਸਰੀ ਆਉਂਦੀ ਆ ਉਹਦੇ ਨਾਲ ਤੁਹਾਨੂੰ ਕਦੇ 1 ਕਿਲੋ ਵੀ ਵੇਟ ਹੋਰ ਲਾਉਣ ਦੀ ਲੋੜ ਨਹੀਂ, ਜਦਕਿ ਅਦਰ ਟ੍ਰੈਕਟਰ ਆ ਕਿਸੇ ਨੂੰ ਬੋਰੀਆਂ ਰੱਖਣੀਆਂ ਪੈਂਦੀਆਂ, ਕੋਈ ਗੱਟੇ ਮੂਹਰੇ ਰੱਖਦਾ ਕੁਛ ਕਰਦਾ, ਸਾਡਾ ਚਾਹੇ ਤੁਸੀਂ 2-wheel ਟ੍ਰੈਕਟਰ ਵੀ ਲੈਂਦੇ ਆ ਉਹ ਵੀ ਜਿਹੜਾ ਫਰੰਟ ਲਿਫਟਿੰਗ ਨਹੀਂ ਕਰਦਾ ਜੀ, ਜੋ ਕੰਪਨੀ ਫਿਟਡ ਆ। ਡੀਜ਼ਲ ਐਵਰੇਜ ਕਿੰਨੀ? ਡੀਜ਼ਲ ਐਵਰੇਜ ਕਸਟਮਰ 'ਤੇ ਮਤਲਬ ਡਿਪੈਂਡ ਕਰਦਾ ਡਰਾਈਵਰ 'ਤੇ ਵੀ, ਬਟ ਜਿਹੜੀ ਸਾਨੂੰ ਮਤਲਬ ਦੱਸਿਆ ਹੈਗਾ ਕਸਟਮਰ ਨੇ ਆ ਕੇ, ਸੁਪਰ ਸੀਡਰ 'ਤੇ 2.5-6 liter ਦੀ ਐਵਰੇਜ ਆਈ ਦੀ, ਜਿਹੜਾ ਮਤਲਬ ਜੇ ਚੱਕਰ ਪੂਰੇ ਮੈਚ ਹੈਗੇ ਤਾਂ। ਕਈ ਵਾਰ ਸੁਪਰ ਸੀਡਰ ਰਿਕੁਆਇਰਮੈਂਟ ਹੈ ਇਹਨੂੰ, ਸੁਪਰ ਸੀਡਰ 8 ਫੁੱਟ ਆ ਜੀ, 8 ਫੁੱਟ ਦਾ, ਬਟ ਲੋਕ ਉਹ ਤਾਂ 9 ਵੀ ਪਾ ਲੈਂਦੇ, ਅਸੀਂ 8 ਫੁੱਟ ਰਿਕਮੈਂਡ ਕਰਦੇ ਹਾਂ ਜੀ। 105-118 ਜੀ। ਐਕਸਟਰਾ ਹੈਵੀ ਡਿਊਟੀ ਸਪੋਰਟ ਲੱਗੀ ਆ ਜੀ, ਜਿੱਦਾਂ ਕਈ ਵਾਰ ਟਰਾਲਾ ਵਗੈਰਾ ਹੈਵੀ ਫਸ ਜਾਂਦਾ ਅਤੇ ਅੱਗੇ ਤੋਂ ਆਪਾਂ ਟੋਚਨ ਕਰ ਲੈਂਦੇ ਹਾਂ, ਅਤੇ ਕਈ ਵਾਰ ਕਿ ਉਹਦਾ ਝਟਕਾ ਲਾ ਕੇ ਟ੍ਰੈਕਟਰ ਜਿਹੜਾ ਵਿਚਾਲੋਂ ਜੋੜ ਖਿੱਚਿਆ ਜਾਂਦਾ ਜੀ, ਉਸ ਕਰਕੇ ਪੂਰਾ ਐਕਸਟਰਾ ਹੈਵੀ ਡਿਊਟੀ ਦੀ ਸਪੋਰਟ ਲੱਗੀ ਹੋਈ ਹੈ ਵੀ ਉਹ ਕਦੇ ਦਿੱਕਤ ਨਹੀਂ ਆਊਗੀ। ਇਹ 2 ਕਲਰ ਦੇ ਵਿੱਚ ਆ ਰਿਹਾ ਜੀ, ਇੱਕ ਰੈੱਡ ਅਤੇ ਬਲੂ, ਬਲੂ ਜਿਹੜਾ ਆਪਸ਼ਨਲ ਹੈਗਾ ਜੇ ਕਸਟਮਰ ਦੀ ਡਿਮਾਂਡ ਹੈਗੀ ਆ, ਅਤੇ ਬਲੂ ਵੀ ਪ੍ਰੋਵਾਈਡ ਕਰਵਾ ਦਾਂਗੇ। ਇਹਦਾ ਡੀਜ਼ਲ ਟੈਂਕ ਸਰ? 65 liter ਜੀ। 65 liter ਜੀ। ਡਰਾਈ ਟਾਈਪ, ਡਰਾਈ ਟਾਈਪ ਹੈ। ਵਨ ਪੀਸ ਹੋਊਗਾ ਜੀ, ਵਨ ਪੀਸ। ਔਰ ਸਭ ਤੋਂ ਖਾਸੀਅਤ ਸਾਡੇ ਇੰਜਨ ਦੀ ਇਹ ਹੈਗੀ ਆ ਵੀ ਨਾ ਚ ਕੋਈ ਟਰਬੋ ਆ, ਨਾ ਈਜ਼ੀਅਰ ਆ, ਨਾ ਕੋਈ ਸੈਂਸਰ ਆ, ਬਿਲਕੁਲ ਸਿੰਪਲ ਇੰਜਨ ਆ ਜਿੱਦਾਂ ਪਹਿਲਾਂ। 60+ ਹੀ ਆ ਜੀ, 4460 cc ਆ ਜੀ। ਹਾਂਜੀ,
ਸਾਡੇ 40-36 ਆਉਂਦਾ ਜੀ, 45-36 ਆਉਂਦਾ, 51-36 ਆਉਂਦਾ, 69-36 ਆਉਂਦਾ ਜੀ। ਓਕੇ ਜੀ, ਧੰਨਵਾਦ ਬਹੁਤ ਬਹੁਤ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਜੀ। ਅਤੇ ਬਾਕੀ ਤੁਹਾਨੂੰ ਇੱਕ ਆਪਾਂ ਕਸਟਮਰ ਰਿਵਿਊ ਦਿੰਦੇ ਹਾਂ ਜੀ, ਸਾਡੇ ਨਾਲ ਬਾਈ ਜਗਮੀਤ ਸਿੰਘ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਅਤੇ ਹੁਣ ਆਪਾਂ ਥੋੜ੍ਹੇ ਜਿਹੇ ਟਰੈਕਟਰ ਵਾਲੇ ਰਿਵਿਊ ਦੇ ਦੇਈਏ ਆਪਾਂ। ਬਿਲਕੁਲ ਜੀ, ਹੈ ਨਾ। ਮੈਨੂੰ ਇੱਕ ਗੱਲ ਦੱਸੋ ਪਹਿਲਾਂ ਵੀ ਟਰੈਕਟਰ 'ਚ ਮਾਰਕੀਟ 'ਚ ਬਹੁਤ ਨੇ ਮਾਰਕੀਟ ਦੇ। ਬਿਲਕੁਲ ਬਿਲਕੁਲ ਸਰ। 60 ਪਾਵਰ, 50-60 ਪਾਵਰ ਦੀ ਕੈਟਾਗਰੀ 'ਚ। ਬਿਲਕੁਲ ਜੀ ਬਿਲਕੁਲ। ਇਹੀ ਕਿਉਂ ਪਸੰਦ ਹੈ ਕਰਤਾਰ? ਦੱਸਾਂ, ਇਹਦੇ 'ਚ ਸਾਨੂੰ ਬੈਸਟ ਵਧੀਆ ਲੱਗਾ, ਮਤਲਬ ਮਜ਼ਬੂਤੀ ਪੱਖ ਤੋਂ ਇੱਕ ਜਿਹੜਾ ਹਿੱਸੇ ਦੇ ਤੌਰ 'ਤੇ ਹਿੱਸਾ ਇਹਦਾ ਕਰਾਰ ਉਧਾਰ ਆ। ਹਾਂਜੀ, ਕਰਾਰ ਉਹਦਾ ਹਿੱਸਾ ਮੈਂ ਕਲੋਸਕਰ ਦਾ ਰਿਹਾ। ਕਲੋਸਕਰ ਸਾਡਾ ਮਾਝੇ ਦਾ ਏਰੀਆ ਜਿਹੜਾ ਪਹਿਲਾਂ ਤੋਂ ਮਤਲਬ ਸਵਰਾਜ ਟਰੈਕਟਰ ਦੇ ਵਿੱਚ ਆਉਂਦਾ ਸੀਗਾ, ਉਹਨੂੰ ਹੀ ਜ਼ਿਆਦਾਤਰ ਲੋਕ ਪਸੰਦ ਕਰਦੇ, ਸਾਡੇ ਡਿਮਾਂਡ ਵੀ ਬਹੁਤ ਜ਼ਿਆਦਾ ਸੀ। ਪਰ ਇਸ ਟਰੈਕਟਰ ਨੇ ਆ ਕੇ ਉਸ ਟਰੈਕਟਰ ਨੂੰ ਕੁਛ ਹੱਦ ਤੱਕ ਠੱਲ ਪਾਤੀ, ਜਿਵੇਂ 855 855 ਨੂੰ ਉਹ ਕਲੋਸਕਰ ਦਾ ਇੰਜਨ ਆਉਂਦਾ ਸੀ, ਲੋਕ ਪਸੰਦ ਕਰਦੇ ਸੀ। ਬਿਲਕੁਲ, ਹੁਣ ਇਸ ਨੂੰ ਤਾਂ ਲੋਕ ਜ਼ਿਆਦਾ ਪਸੰਦ ਕਰਦੇ ਨੇ, ਅਸੀਂ ਵੀ ਪਸੰਦ ਕਰਦੇ ਹਾਂ, ਸਾਨੂੰ ਵੀ ਵਧੀਆ ਲੱਗਦਾ, ਪਰ ਇਹ ਕਲੋਸਕਰ ਇੰਜਣ ਦੇ ਕਾਰਨ ਹੀ ਜ਼ਿਆਦਾ ਸਾਨੂੰ ਬੈਸਟ ਲੱਗਿਆ। ਖਾਸੀਅਤ ਕੀ ਹੈ ਵੀ ਇਹਦੀ ਲੌਂਗ ਲਾਈਫ ਕਰਕੇ ਜਾਂ ਮਤਲਬ ਇਹਦੇ ਕੁਝ ਟੇਸਟ ਹੀ ਲੱਗ ਗਿਆ ਇਹਦੇ ਇੰਜਣ ਦੀ ਚਲਾਈ ਦਾ? ਨਹੀਂ, ਸਾਨੂੰ ਜਦੋਂ ਮਤਲਬ ਕੋਈ ਇਹਦਾ ਮਤਲਬ ਜਿਸ ਤਰ੍ਹਾਂ ਮਤਲਬ ਆਮ ਟਰੈਕਟਰ ਆਪਾਂ ਚੱਲਦੇ ਨੇ ਦੂਜਿਆਂ ਨਾਲ, ਕੋਈ ਮਤਲਬ ਵੱਖਰਾ ਨਹੀਂ ਲੱਗਿਆ, ਮਤਲਬ ਐਂ ਨਹੀਂ ਲੱਗਿਆ ਵੀ ਸਾਨੂੰ ਕੋਈ ਓਪਰਾ ਲੱਗਾ, ਸਾਨੂੰ ਐਂ ਲੱਗਿਆ ਵੀ ਜਿਵੇਂ ਸਾਡੇ ਕੋਲ ਪਹਿਲਾਂ ਹੀ ਚੱਲਦਾ ਵੀ ਸਾਡੇ ਕੋਲ। ਹਾਂ, ਐਂ ਲੱਗਿਆ ਨਹੀਂ ਕੋਈ ਸਾਨੂੰ ਵੀ ਓਪਰਾ ਟਰੈਕਟਰ ਕੋਈ ਨਵਾਂ ਟਰੈਕਟਰ ਆਇਆ ਮਾਰਕੀਟ 'ਚ, ਸਾਨੂੰ ਐਂ ਲੱਗਿਆ ਵੀ ਜਿਵੇਂ ਪਹਿਲਾਂ ਹੀ ਸਾਡੇ ਕੋਲ ਚੱਲਦਾ। ਹੁਣ ਮਤਲਬ ਗੱਲ ਐਂ ਆ ਕਿ ਤੁਹਾਨੂੂੰ ਕਿੰਨੇ ਟਾਈਮ ਹੋ ਗਿਆ ਟਰੈਕਟਰ ਵਰਤਦੇ ਨੂੰ? ਸਾਡੇ ਕੋਲ ਨਹੀਂ ਟਰੈਕਟਰ, ਯਾਨੀ ਕਿ ਮੇਰੀ ਏਜ ਦੇ ਹਿਸਾਬ ਨਾਲ ਤਾਂ ਅਸੀਂ ਮੋਢੇ ਤੋਂ ਟਰੈਕਟਰ ਯੂਜ਼ ਕਰਦੇ ਪਏ ਹਾਂ ਜੀ, ਤੇ ਪਰ ਹੁਣ ਤਾਂ ਸਾਡੇ ਕੋਲ 6 ਮਹੀਨੇ ਹੋ ਗਿਆ ਟਰੈਕਟਰ ਅਸੀਂ ਲਿਆ। ਕੋਈ ਇਹਦੇ 'ਚ ਦਿੱਕਤ ਨਹੀਂ ਸਾਨੂੰ ਕਿਸੇ ਰਕਮ ਦੀ? ਕੋਈ ਕੰਪਨੀ ਨੇ ਨਾ ਸੁਣੀ ਹੋਵੇ ਮੇਰੀ? ਨਾ ਜੀ, ਨਾ ਇਹੋ ਜੀ ਕੋਈ ਗੱਲ ਨਹੀਂ, ਕੰਪਨੀ ਆਪਣੀ ਬਹੁਤ ਸਪੋਰਟ ਕਰ ਰਹੀ ਹੈ, ਇਹੋ ਜੀ ਕੋਈ ਗੱਲ ਨਹੀਂ। ਬਾਕੀ ਉਹਨਾਂ ਦਾ ਯਾਨੀ ਕਿ ਮਤਲਬ ਫੋਨ ਤੁਸੀਂ ਰਾਤ ਨੂੰ ਕਰੋਗੇ ਤਾਂ ਰਾਤ ਨੂੰ ਵੀ ਉਠਾਉਂਦੇ ਆ, ਇਹੋ ਜੀ ਕੋਈ ਦਿੱਕਤ ਨਹੀਂ। ਕਿਸੇ ਵਾਹਣ ਦੇ ਵਿੱਚ ਚੱਲਦਾ ਟਰੈਕਟਰ ਆ, ਕਿਸੇ ਰਕਮ ਦੀ ਕੋਈ ਪ੍ਰੋਬਲਮ ਆ ਰਹੀ ਆ, ਉਹ ਆਪਣੀ ਉਸੇ ਵੇਲੇ ਸੁਣਦੇ ਆ, ਇਹੋ ਜੀ ਕੋਈ ਦਿੱਕਤ ਨਹੀਂ। ਬਾਕੀ ਜੋ ਡੀਲਰਸ਼ਿਪ ਆ ਇੱਥੇ ਮਤਲਬ ਵੀਰ ਜੀ ਹੋਣੇ ਜਿਹੜੇ ਮਤਲਬ ਡੀਲ ਕਰਦੇ ਪਏ ਨੇ ਇੱਥੋਂ, ਉਹਨਾਂ ਦਾ ਵੀ ਬਹੁਤ ਧੰਨਵਾਦ ਆ, ਬਹੁਤ ਵਧੀਆ ਡੀਲ ਕਰਦੇ ਨੇ ਹਰ ਕਿਸੇ ਨੂੰ। ਬਾਕੀ ਚਲੋ ਮਾਲਕਾਂ ਤੱਕ ਤਾਂ ਬਹੁਤ ਵਧੀਆ ਗੱਲ ਆ, ਉਹਨਾਂ ਦਾ ਵੀ ਆਪਾਂ ਨੂੰ ਰਿਸਪੌਂਸ ਬਹੁਤ ਵਧੀਆ ਮਿਲਦਾ ਇਹੋ ਜੀ ਕੋਈ ਦਿੱਕਤ। ਮਤਲਬ ਜਿਹੜੇ ਵੀਡੀਓ ਦੇਖ ਰਹੇ ਆ ਆਪਣੀ, ਹਾਂਜੀ, ਇਹਦੇ ਡੀਜ਼ਲ ਖਰਚੇ ਨੂੰ ਲੈ ਕੇ ਤੁਸੀਂ ਕਿਵੇਂ ਦੱਸੋਗੇ ਵੀ ਕਿੰਨਾ ਕੁ ਖਰਚਾ ਇਹਦਾ? ਖਰਚਾ ਸੇਮ ਲੱਗਦਾ, ਕੋਈ ਐਡੀ ਦਿੱਕਤ ਵਾਲੀ ਗੱਲ ਕੋਈ ਨਹੀਂ। ਮਤਲਬ ਇਹ ਕਹਿ ਦਈਏ, ਮਤਲਬ ਆਪਾਂ ਕਿਸੇ ਨੂੰ ਨਿੰਦਣਾ ਨਹੀਂ ਚਾਹੁੰਦੇ ਕਿਸੇ ਦੇ, ਮਤਲਬ ਕਿਸੇ ਵੀ ਕੰਪਨੀ ਨੂੰ ਜਾਂ ਆਪਾਂ ਕਿਸੇ ਦੇ ਕੋਈ ਟਾਰਗੇਟ ਨਹੀਂ ਕਰਨਾ ਚਾਹੁੰਦੇ, ਆਪਾਂ ਨੂੰ ਇਹਦੇ ਨਾਲ ਆਪਾਂ ਸੈਟੀਸਫਾਈ ਆ ਪੂਰੇ। ਹਾਂ, ਸੈਟੀਸਫਾਈ ਆ, ਕੋਈ ਦਿੱਕਤ ਨਹੀਂ। ਆਪਾਂ ਕਿਸੇ ਦੇ ਨਾਲ ਮਸ ਕਿਸੇ ਦਾ ਨਾਂ ਲੈ ਕੇ ਉਹਨੂੰ ਟਾਰਗੇਟ ਕਰਾਂਗੇ, ਉਹਦੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ। ਆਪ ਆਪਣੀਆਂ ਕੰਪਨੀਆਂ ਆਪਣਾ ਜ਼ੋਰ ਲਾ ਰਹੀਆਂ ਨੇ, ਆਪਾਂ ਨੂੰ ਇਹ ਬੈਸਟ ਲੱਗਿਆ, ਆਪਾਂ ਇਹਦੇ ਨਾਲ ਐਗਰੀ। ਇੰਜਣ ਪੋਕੋ ਹੋ ਗਿਆ ਕੰਮ, ਬਹੁਤ ਵਧੀਆ ਪਿਛਲਾ ਟ੍ਰਾਂਸਮਿਸ਼ਨ ਹੈ ਜਿਹੜਾ, ਬਹੁਤ ਵਧੀਆ ਕਹਿ ਰਹੇ ਹੋ, ਬਹੁਤ ਵਧੀਆ ਪੂਰਾ ਸਿੰਕਰੋਨਾਈਜ਼ਡ। ਬਿਲਕੁਲ ਜੀ ਬਿਲਕੁਲ। ਕੋਈ ਗੇਅਰ ਗੁਰਚ ਤੱਕ? ਨਾ ਜੀ, ਨਾ ਕੋਈ ਆਵਾਜ਼ ਨਹੀਂ, ਬਿਲਕੁਲ ਸਾਇਲੈਂਟ ਟਰੈਕਟਰ ਆ, ਬਹੁਤ ਵਧੀਆ ਚੱਲਦਾ ਟਰੈਕਟਰ ਆ, ਇਹੋ ਜਿਹੀ ਕੋਈ ਦਿੱਕਤ ਨਹੀਂ। ਇਹਦੀ ਸਰਵਿਸ ਸੁਰਵਿਸ ਆਪਾਂ ਦੇਖੀ ਦੂਏ ਟਰੈਕਟਰ ਨਾਲੋਂ ਕੋਈ ਜ਼ਿਆਦਾ ਮਹਿੰਗੀ ਤਾਂ ਨਹੀਂ? ਨਾ ਨਾ, ਕੋਈ ਮਹਿੰਗੀ ਨਹੀਂ। ਉਹ ਦੱਸਾਂ, ਕੰਪਨੀਆਂ ਹਰ ਕੋਈ ਆਪਣਾ ਆਪਣਾ ਜ਼ੋਰ ਲਾਉਂਦੀਆਂ ਨੇ, ਮਤਲਬ ਕੋਈ ਕਿਸੇ ਕਿਸਮ ਦੀ ਕੋਈ ਮਤਲਬ ਇਹ ਜਿਹੜੀ ਏਜੰਸੀ ਆਪਾਂ ਨੂੰ ਏਜੰਸੀ ਜਿਹੜੀ ਆ ਸਰਵਿਸ ਫਰੀ ਦੇ ਰਹੀ ਆ, ਪਹਿਲੀਆਂ 3-4 ਸਰਵਿਸਾਂ ਫਰੀ ਨੇ, ਬਾਕੀ ਵਧੀਆ ਨੇ, ਇਹੋ ਜਿਹੀ ਕੋਈ ਦਿੱਕਤ ਨਹੀਂ। ਮਤਲਬ ਸਾਡੇ ਤਾਂ ਲੋਕਲ ਨੇ, ਇੱਥੇ ਇੱਥੋਂ ਦੇ ਰਹਿਣ ਵਾਲੇ ਆ, ਸਾਡੇ ਲੋਕਲ ਨੇ, ਸਾਨੂੰ ਕੋਈ ਕਿਸੇ ਰਕਮ ਦੀ ਕੋਈ ਮਤਲਬ ਦਿੱਕਤ ਨਹੀਂ ਆ ਰਹੀ। ਬਾਕੀ ਆਪਣਾ ਜੇ ਖੇਤ ਦੇ ਵਿੱਚ ਕੋਈ ਕੰਮ ਕਰਦੇ ਆ, ਕੋਈ ਪਹਿਲੀ ਗੱਲ ਤਾਂ ਵਾਹਿਗੁਰੂ ਦੀ ਕਿਰਪਾ, ਇੱਥੇ ਕੋਈ ਪ੍ਰੋਬਲਮ ਕੋਈ ਹੈ ਨਹੀਂ, ਹੈ ਹੀ ਨਹੀਂ। ਜੇ ਕੋਈ ਆਊਗੀ ਤਾਂ ਇਹਨਾਂ ਵੱਲੋਂ ਵੀਰਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ, ਇਹੋ ਜਿਹੀ ਕੋਈ ਗੱਲ? ਬਾਕੀ ਹੋਰ ਹੈ ਜਿਵੇਂ ਇੰਜਣ ਪਹਿਲਾਂ ਸਵਰਾਜ 'ਚ ਵਰਤਿਆ ਜਾਂਦਾ? ਹਾਂਜੀ, ਇਹ ਤਾਂ ਇੱਕ ਭਰੋਸਾ ਵੀ ਟਿਕਿਆ। ਬਿਲਕੁਲ ਜੀ ਬਿਲਕੁਲ ਬਿਲਕੁਲ, ਮਤਲਬ ਕਰਲੋਸਕਰ ਦੇ ਇੰਜਣ ਪਹਿਲਾਂ ਪਸੰਦ ਕੀਤਾ ਗਿਆ? ਬਿਲਕੁਲ ਜੀ ਬਿਲਕੁਲ, ਜਿਹੜੀ ਇਹ ਵੀ ਹੁਣ ਮਾਰਕੀਟ ਦੇ ਵਿੱਚ ਪੂਰਾ ਪਸੰਦ ਬਣ ਰਿਹਾ? ਬਿਲਕੁਲ ਜੀ ਬਿਲਕੁਲ, ਇਹਦੇ 'ਚ ਕੋਈ ਸ਼ੱਕ ਵੀ ਨਹੀਂ। ਮਤਲਬ ਇਹ ਪਸੰਦ ਹੀ ਤਾਂ ਕੀਤਾ ਜਾ ਰਿਹਾ ਕਿ ਕਲੋਸਕਰ ਦਾ ਕਰਕੇ, ਕਲੋਸਕਰ, ਹਾਂ ਕਲੋਸਕਰ ਦਾ ਕਰਕੇ ਸਾਡੇ ਨਾ ਮਤਲਬ ਪਹਿਲਾਂ ਇਹ ਜਿਹੜਾ ਮਾਝਾ ਬੈਲਟ ਹੈ ਇਹਦੇ ਵਿੱਚ ਸਵਰਾਜ ਦੀ ਮਤਲਬ ਡਿਮਾਂਡ ਬਹੁਤ ਜ਼ਿਆਦਾ ਸੀਗੀ ਜੀ ਜੀ, ਉਹ ਸਿਰਫ ਮਸ਼ਹੂਰ ਆ ਜਾਂ ਉਹ ਇਸ ਕਰਕੇ ਪੱਖ ਤੋਂ ਵਧੀਆ ਸੀਗਾ ਕਿ ਕਲੋਸਕਰ ਦਾ ਇੰਜਣ ਕਰਕੇ, ਤਾਂ ਸਾਨੂੰ ਇਹ ਵਧੀਆ ਹੀ ਤਾਂ ਲੱਗਦਾ ਇਹਦੀ ਆਵਾਜ਼ ਤੇ ਬੜਕ ਬੜਕ ਉਸ ਪਸੰਦ ਆ ਜੀ ਜੀ, ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਆ। ਅਸੀਂ ਚਲਾਉਣ ਚਲਾਉਣ 'ਚ ਆਰਾਮਦਾਰੀ ਹੈਗੀ ਆ ਕੁਛ, ਕੰਫਰਟੇਬਲ ਬਹੁਤ ਵਧੀਆ, ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਾਊਗਾ ਤਾਂ ਥੱਕਦਾ ਨਹੀਂ। ਅੱਛਾ, ਥੱਕਦਾ ਨਹੀਂ ਆ,
ਮਨ ਕਰਦਾ ਬੰਦੇ ਦਾ ਡਰਾਈਵ ਕਰੋ, ਲਗਾਤਾਰ ਚਲਾਓ, ਲਗਾਤਾਰ ਚਲਾਓ, ਬਿਲਕੁਲ ਜੀ ਬਿਲਕੁਲ, ਡਰਾਈਵਰ ਸੇਫਟੀ ਨਾਲ ਸੇਫਟੀ ਪ੍ਰੋਪਰ, ਡਰਾਈਵਰ ਦੀ ਸੇਫਟੀ ਵੀ ਪੂਰੀ ਹੈ, ਰੋਡ ਸਪੀਡ ਫੁੱਲ ਹੈ, ਬਿਲਕੁਲ ਜੀ ਬਿਲਕੁਲ, ਸੈਟੀਸਫਾਈ, ਬਿਲਕੁਲ ਸੈਟੀਸਫਾਈ ਕਵਰ। ਬਾਕੀ ਇਹ ਆ ਵੀ ਮੇਰਾ ਮਤਲਬ ਚਲਾਉਣ ਦੇ ਵਿੱਚ ਇੰਨਾ ਕੁ ਬੰਦਾ ਵੀ ਐਮਰਜੈਂਸੀ ਕੋਲ ਰੋਕਣਾ ਪੈ ਜਾ ਤਾਂ ਰੁਕੂਗਾ, ਰੁਕੂਗਾ, ਬ੍ਰੇਕ ਕੰਟਰੋਲ ਪੂਰਾ ਜੀ, ਬਹੁਤ ਵਧੀਆ, ਟਰਾਲਾ ਇਹ ਨਹੀਂ ਕਿ ਟਰਾਲਾ ਲੋਡ ਤੇ ਗਿਆ ਆਪਣਾ ਟ੍ਰੈਕਟਰ ਦੀ ਬ੍ਰੇਕ ਨਾ ਲੱਗੇ, ਬਿਲਕੁਲ ਪੂਰਾ ਪੂਰਾ ਬ੍ਰੇਕ ਕੰਟਰੋਲ ਆ, ਹੁਣ ਮੁੜੇ ਇਕਰਾਰ ਹੋਈ ਸੀ ਸੈਕਟਰ ਚਲਾਇਆ, ਬਿਲਕੁਲ ਜੀ, ਲਿਫਟ ਲੁਫਟ, ਬਿਲਕੁਲ ਜੀ, ਕੋਈ ਕਿਸੇ ਰਕਮ ਦਾ ਕੋਈ, ਇਹ ਬਿਲਕੁਲ ਸ਼ਾਂਤ ਆ। ਕਈ ਵਾਰ ਕੀ ਹੁੰਦੇ ਨੇ ਸੈਕਟਰ ਨੇ ਲਿਫਟਾਂ ਦੇ ਕੰਮ ਕਰਾ ਦਿੱਤੇ, ਆ ਕੇ ਕਰਵਾ ਦਿੱਤੇ, ਬਾਕੀ ਕਈ ਵਾਰ ਕੀ ਹੁੰਦੇ ਨੇ ਆਮ ਟ੍ਰੈਕਟਰ ਜਿਹੜੇ ਚੱਲਦੇ ਪਏ ਨੇ ਉਹ ਜਦੋਂ ਆਪਾਂ ਲਿਫਟ ਚੱਕਦੇ ਆ ਟ੍ਰੈਕਟਰ ਲੋਡ ਮੰਨਦਾ, ਇਹ ਟ੍ਰੈਕਟਰ ਲੋਡ ਨਹੀਂ ਮੰਨਦਾ, ਬਿਲਕੁਲ ਨਾ ਬੋਲੀ ਜਾਏ, ਬਿਲਕੁਲ ਸਰ, ਮੈਂ ਕਹਿੰਦਾ ਸਰ ਇਹੋ ਜੀ ਕੋਈ ਗੱਲ ਨਹੀਂ, ਤੁਹਾਨੂੰ ਯਕੀਨ ਦਿਵਾਉਣ ਵਾਸਤੇ ਆਪਾਂ ਖੇਤ ਲੈ ਚੱਲਦੇ ਹਾਂ, ਇਹੋ ਜੀ ਕੋਈ ਗੱਲ ਨਹੀਂ, ਡੈਮੋ ਲਵਾਵਾਂਗੇ, ਇਹੋ ਜੀ ਕੋਈ ਦਿੱਕਤ ਨਹੀਂ ਜੀ। ਹੁਣ ਜੋ ਵੀ ਮਤਲਬ ਦੱਸੀਆਂ ਵੀਰ ਜੀ ਨੇ ਖੁਦ ਇਹਨਾਂ ਨੇ ਵਰਤੀਆਂ ਹੋਈਆਂ ਨੇ, ਚੀਜ਼ ਚਲਾ ਰਹੇ ਹਾਂ, ਮਤਲਬ ਕਿ ਆਪਾਂ ਲਗਾਤਾਰ ਟ੍ਰੈਕਟਰ ਚਲਾਉਣੇ ਆ ਨਾ, ਲਿਫਟ ਪੰਪ ਡਿਸਟ੍ਰੀਬਿਊਟਰ ਯੂਜ਼ ਕਰਦੇ ਆ, ਆਮ ਟ੍ਰੈਕਟਰਾਂ ਦੀਆਂ ਪਾਈਪਾਂ ਵਾਈਬ੍ਰੇਟ ਕਰਦੀਆਂ, ਪਰ ਐਵੇਂ ਦੀ ਇਹ ਚ ਕੋਈ ਮੁਸ਼ਕਲ, ਕੋਈ ਮੁਸ਼ਕਲ ਨਹੀਂ ਆ ਰਹੀ, ਕੋਈ ਮੁਸ਼ਕਲ ਨਹੀਂ। ਅੱਛਾ ਮੈਨੂੰ ਨਾ ਥੋੜਾ ਲੱਗੀ ਜਾਂਦਾ ਇਹ ਟ੍ਰੈਕਟਰ ਥੋੜਾ ਆਮ ਟ੍ਰੈਕਟਰ ਨਾਲ ਤੇ ਲੰਬਾ ਹੈ, ਬਿਲਕੁਲ ਜੀ ਬਿਲਕੁਲ, ਇਹਦੀ ਕਟਾਈ ਚ ਪ੍ਰੋਬਲਮ ਪੈਂਦੀ ਹੈ, ਨਹੀਂ ਕੋਈ ਪ੍ਰੋਬਲਮ ਨਹੀਂ, ਜਿੰਨਾ ਲੰਬਾ ਹੈ ਉਹਨਾਂ ਵਧੀਆ ਚੱਲਦਾ, ਇਹਦਾ ਬੈਲੈਂਸ ਬਣ ਕੇ ਚੱਲਦਾ, ਇਹੋ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ। ਪਹਿਲਾਂ ਟ੍ਰੈਕਟਰ ਜਿਤਨਾ 11.5 ਆਉਂਦੇ ਸੀ ਲੰਬੇ ਸੀ, ਹਾਈਟ 'ਚ ਲੰਬੇ ਸੀ ਜੀ ਜੀ ਜੀ, ਉਹ 'ਚ ਕੋਈ ਪ੍ਰੋਬਲਮ ਨਹੀਂ, ਇਹ ਕਰਮਲ ਟ੍ਰੈਕਟਰ 'ਚ ਵੀ ਕੋਈ ਸਾਨੂੰ ਪ੍ਰੋਬਲਮ ਨਹੀਂ ਲੱਗੀ, ਇਹ 'ਚ ਕੋਈ ਪ੍ਰੋਬਲਮ ਨਾ ਜੀ। ਤੇ ਮਤਲਬ ਜੋ ਜੋ ਅਸੈਸਰੀ ਲੱਗੀ ਹੋਈ ਸਾਰੀ ਤੁਹਾਨੂੰ ਇੱਦਾਂ ਹੀ ਮਿਲੀ, ਬਿਲਕੁਲ ਜੀ, ਏਜੰਸੀ ਵੱਲੋਂ ਜੋ ਅਸੈਸਰੀ ਲੱਗੀ ਹੋਈ ਏਜੰਸੀ ਵੱਲੋਂ ਮਿਲੀ ਆਪਾਂ, ਏਜੰਸੀ ਵੱਲੋਂ ਹਾਂ ਜੀ। ਇਹਦੀ ਗਰੰਟੀ ਗਰੰਟੀ ਪੈਸੇ ਕਿੰਨੇ ਟਾਈਮ ਦੀ ਕਹਿੰਦੇ ਨੇ ਏਜੰਸੀ ਕੰਪਨੀ? ਇਹ ਮਤਲਬ ਇੰਜਣ ਦੀ ਇਹ ਨਾ, ਇਹ ਬੈਟਰੀ ਦੀ ਤੇ ਮਤਲਬ ਅਲਟਰਨੇਟਰ ਦੀ ਦਿੱਤੀ ਆਪਾਂ ਨੂੰ ਸਾਲ ਦੀ ਜੀ, ਤੇ ਬਾਕੀ 2 ਸਾਲ ਦੀ ਗਰੰਟੀ ਹੈ, 2 ਸਾਲ ਦੀ ਹਾਂ ਜੀ, ਹਰਪ੍ਰੀਤ ਸਿੰਘ ਰੱਤਾ ਗੁੱਦਾ ਸਤਨਾਮ ਸਿੰਘ ਸਭਰਾ ਉਸ ਤੋਂ ਅੱਗੇ ਜੈਮਲ ਸਿੰਘ ਤਲਵੰਡੀ ਮੋਹਰ ਸਿੰਘ ਉਸ ਤੋਂ ਅੱਗੇ ਗੁਰਸੇਵਕ ਸਿੰਘ ਸਭਰਾ ਜੀ ਉਸ ਤੋਂ ਅੱਗੇ ਰਜਿੰਦਰ ਸਿੰਘ ਫੱਤੂ ਢਿੰਗਾ ਜਸ਼ਨਦੀਪ ਸਿੰਘ ਬਹਾਦੁਰ ਨਗਰ ਸਨ ਆਫ ਗੁਰਦੇਵ ਸਿੰਘ ਚੀਮਾ ਜਸ਼ਨਦੀਪ ਸਿੰਘ ਬਹਾਦੁਰ ਨਗਰ ਉਸ ਤੋਂ ਅੱਗੇ ਰਣਜੀਤ ਸਿੰਘ ਢੋਟੀ ਗੋਇੰਦਵਾਲ ਸਾਹਿਬ ਬੋਲੇ ਸੋ ਨਿਹਾਲ
ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ।